ਪ੍ਰੇਮਿਕਾ ਦੇ ਪਰਿਵਾਰ ਤੋਂ ਬਚਣ ਲਈ ਕਰ ਗਿਆ ਬਾਰਡਰ ਪਾਰ। ਸਿਰਫਿਰੇ ਆਸ਼ਿਕ ਨੂੰ ਪੈ ਗਿਆ BSF ਦਾ ਘੇਰਾ। ਦੇਖੋ ਪਾਕਿਸਤਾਨੀ ਨਾਗਰਿਕ ਨੂੰ ਕਿਵੇਂ ਪੈ ਗਈ ਆਸ਼ਕੀ ਮਹਿੰਗੀ। ਬੇਹੱਦ ਹੀ ਹੈਰਾਨ ਕਰ ਦੇਣ ਵਾਲਾ ਇੱਕ ਮਾਮਲਾ ਰਾਜਸਥਾਨ ਦੇ ਇੱਕ ਇਲਾਕੇ ਤੋਂ ਸਾਹਮਣੇ ਆਉਂਦਾ ਹੈ, ਜਿੱਥੇ BSF ਦੇ ਜਵਾਨਾਂ ਦੇ ਵੱਲੋਂ ਇੱਕ ਸਿਰਫਿਰੇ ਆਸ਼ਕ ਨੂੰ ਗ੍ਰਿਫਤਾਰ ਕੀਤਾ ਜਾਂਦਾ ਹੈ। ਇਹ ਆਸ਼ਕ ਦਰਅਸਲ ਆਪਣੀ ਪ੍ਰੇਮਿਕਾ ਨੂੰ ਭਜਾਉਣ ਦੇ ਇਰਾਦੇ ਦੇ ਨਾਲ ਉਸਦੇ ਘਰ ਵਿੱਚ ਵੜਿਆ ਸੀ, ਪਰ ਪਰਿਵਾਰਕ ਮੈਂਬਰਾਂ ਤੋਂ ਬਚਣ ਦੇ ਮਾਰੇ ਅੰਤਰਰਾਸ਼ਟਰੀ ਬਾਰਡਰ ਹੀ ਪਾਰ ਕਰਕੇ ਪਾਕਿਸਤਾਨ ਤੋਂ ਭਾਰਤ ਵੜ ਜਾਂਦਾ ਹੈ, ਜਿੱਥੇ BSF ਦੇ ਅਧਿਕਾਰੀ ਇਸ ਨੂੰ ਗ੍ਰਿਫਤਾਰ ਕਰ ਲੈਂਦੇ ਨੇ। ਜਿਸ ਤੋਂ ਬਾਅਦ ਇਹ ਮਾਮਲਾ ਸੁਰੱਖਿਆ ਦਾ ਹਿੱਸਾ ਬਣਿਆ ਹੋਇਆ ਕਿ ਆਖਰ ਕਿਸ ਤਰੀਕੇ ਦੇ ਨਾਲ ਸਿਰਫਿਰੇ ਆਸ਼ਕ ਦੀ ਇੱਕ ਗਲਤੀ ਉਸਨੂੰ ਮਹਿੰਗੀ ਪੈ ਗਈ। BSF ਦੇ ਅਧਿਕਾਰੀਆਂ ਵੱਲੋਂ ਗ੍ਰਿਫਤਾਰੀ ਤੋਂ ਬਾਅਦ ਸਾਂਝੀ ਕੀਤੀ ਗਈ ਜਾਣਕਾਰੀ ਅਨੁਸਾਰ ਇਹ ਵਿਅਕਤੀ 21 ਸਾਲਾ ਜਿਸਦਾ ਨਾਮ ਜੱਸੀ ਕੋਹਲੀ ਹੈ, ਆਪਣੀ ਪ੍ਰੇਮਿਕਾ ਦੇ ਪਰਿਵਾਰ ਦੇ ਗੁੱਸੇ ਤੋਂ ਬਚਣ ਦੇ ਮਾਰੇ ਐਤਵਾਰ ਨੂੰ ਭਾਰਤ ਵਿੱਚ ਦਾਖਲ ਹੋਇਆ ਸੀ। ਜਦੋਂ ਉਸਨੂੰ ਸ਼ੁੱਕਰਵਾਰ ਨੂੰ ਅੰਤਰਰਾਸ਼ਟਰੀ ਸਰਹੱਦ ਦੇ ਨੇੜੇ ਇੱਕ ਪਿੰਡ ਵਿੱਚ ਉਹਨਾਂ ਦੇ ਘਰ ਵਿੱਚ ਫੜ ਲਿਆ ਗਿਆ ਸੀ, ਜਿਸ ਨੇ ਉਸਨੂੰ ਪੁੱਛਗਿੱਛ ਕੀਤੀ ਤਾਂ ਉਸ ਸਮੇਂ ਇਹ ਸਾਹਮਣੇ ਆਉਂਦਾ ਹੈ ਕਿ ਆਖਰ ਉਹ ਕਿਸ ਤਰੀਕੇ ਦੇ ਨਾਲ ਭਾਰਤ ਵਿੱਚ ਵੜਿਆ ਸੀ। ਕੋਹਲੀ ਆਪਣੀ ਪ੍ਰੇਮਿਕਾ ਨਾਲ ਭੱਜਣ ਦੇ ਇਰਾਦੇ ਨਾਲ ਉਸਨੂੰ ਮਿਲਣ ਗਿਆ। ਇਸ ਤੋਂ ਪਹਿਲਾਂ ਆਪਣੀ ਯੋਜਨਾ ਨੂੰ ਅੰਜਾਮ ਦਿੰਦਾ ਉਸ ਲੜਕੀ ਦੇ ਪਰਿਵਾਰਕ ਮੈਂਬਰ ਉਸਨੂੰ ਫੜ ਲੈਂਦੇ ਨੇ। ਕੋਹਲੀ ਨੂੰ BSF ਦੇ ਜਵਾਨਾਂ ਨੇ ਐਤਵਾਰ ਸਵੇਰੇ ਭਾਰਤ ਪਾਕ ਸਰਹੱਦ ਤੋਂ ਗ੍ਰਿਫਤਾਰ ਕੀਤਾ ਸੀ। ਉਸਦਾ ਪਿੰਡ ਸਰਹੱਦ ਤੋਂ ਕਰੀਬ 12 ਕਿਲੋਮੀਟਰ ਦੂਰ ਬਾੜਮੇਰ ਜ਼ਿਲ੍ਹੇ ਦੇ ਜਾਪਦਾ ਪਿੰਡ ਤੋਂ ਉਸਨੂੰ ਗ੍ਰਿਫਤਾਰ ਕੀਤਾ ਗਿਆ। ਉਸ ਤੋਂ ਪੁੱਛਗਿੱਛ ਦੌਰਾਨ ਇਹ ਪਤਾ ਲੱਗਦਾ ਹੈ ਕਿ ਸੋਮਵਾਰ ਨੂੰ ਉਸਨੂੰ ਰਾਜਸਥਾਨ ਦੇ ਬਾੜਮੇਰ ਜ਼ਿਲ੍ਹੇ ਤੋਂ ਜਾਪਦਾ ਪਿੰਡ ਤੋਂ ਫੜਿਆ ਅਤੇ ਪੁੱਛਗਿੱਛ ਤੋਂ ਬਾਅਦ ਉਸਨੂੰ BSF ਦੇ ਸਥਾਨਕ ਪੁਲਿਸ ਹਵਾਲੇ ਕਰ ਦਿੱਤਾ। ਇਸ ਘਟਨਾ ਤੋਂ ਜਾਣੂ ਇੱਕ ਅਧਿਕਾਰੀ ਨੇ ਕਿਹਾ ਕਿ ਕੋਹਲੀ ਨੂੰ ਇਸ ਗੱਲ ਦਾ ਪਤਾ ਨਹੀਂ ਸੀ ਕਿ ਉਹ ਭਾਰਤ ਵਿੱਚ ਦਾਖਲ ਹੋ ਗਿਆ ਅਤੇ ਉਸਨੂੰ ਉਦੋਂ ਫੜਿਆ ਗਿਆ ਜਦੋਂ ਉਹ ਸਥਾਨਕ ਲੋਕਾਂ ਤੋਂ ਇੱਕ ਬੱਸ ਬਾਰੇ ਪੁੱਛ ਰਿਹਾ ਸੀ ਜੋ ਉਸਨੂੰ ਸਰਹੱਦ ਪਾਰ ਉਸਦੇ ਪਿੰਡ ਵਾਪਸ ਲਿਜਾ ਸਕੇ। BSF ਦੇ ਇੱਕ ਸੀਨੀਅਰ ਅਧਿਕਾਰੀ ਜਿਸਨੇ ਉਸ ਤੋਂ ਪੁੱਛਗਿੱਛ ਕੀਤੀ ਸੀ, ਉਹਨਾਂ ਦੇ ਦੱਸੇ ਮੁਤਾਬਕ ਕਿ ਉਹ ਗਲਤੀ ਨਾਲ ਭਾਰਤ ਵਿੱਚ ਦਾਖਲ ਹੋਇਆ। ਉਹਨਾਂ ਨੇ ਇਹ ਵੀ ਕਿਹਾ ਕਿ ਕੋਹਲੀ ਨੇ ਸਾਨੂੰ ਇਹ ਦੱਸਿਆ ਹੈ ਕਿ ਉਸਦਾ ਇੱਕ ਪਾਕਿਸਤਾਨੀ ਕੁੜੀ ਨਾਲ ਅਫੇਅਰ ਸੀ ਜੋ ਕਿ ਪਾਕਿਸਤਾਨ ਦੇ ਵਿੱਚ ਰਹਿੰਦੀ ਹੈ ਅਤੇ ਉਸਦਾ ਪਿੰਡ ਅੰਤਰਰਾਸ਼ਟਰੀ ਸਰਹੱਦ ਤੋਂ ਸਿਰਫ 8 ਕਿਲੋਮੀਟਰ ਦੂਰ ਸੀ ਅਤੇ ਉਸਦਾ ਆਪਣਾ ਪਿੰਡ ਜਿੱਥੋਂ ਕੋਹਲੀ ਰਹਿਣ ਵਾਲਾ ਹੈ ਉਹ 35 ਕਿਲੋਮੀਟਰ ਦੂਰ ਸੀ ਅਤੇ ਜਦ ਉਹ ਉਸਦੇ ਪਰਿਵਾਰ ਦੇ ਅੜੀਕੇ ਚੜ੍ਹਦਾ ਹੈ ਤਾਂ ਉਸਦੋਂ ਬਚਣ ਦੇ ਮਾਰੇ ਭਾਰਤ ਦੀ ਸਰਹੱਦ ਪਾਰ ਕਰਕੇ BSF ਦੇ ਅੜੀਕੇ ਚੜ੍ਹ ਜਾਂਦਾ ਹੈ।